ਤੇ GST ਦੇ ਵਿਰੋਧ 'ਚ ਅੱਜ ਅੰਮ੍ਰਿਤਸਰ ਵਿਖੇ ਕੱਪੜਾ ਵਪਾਰੀਆਂ ਵੱਲੋਂ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਆਪਣੀਆਂ ਦੁਕਾਨਾਂ ਬੰਦ ਕਰ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ ਕਰ ਰਹੇ ਵਪਾਰੀਆਂ ਨੇ ਸੂਰਤ ਵਿੱਚ ਹੋਏ ਵਪਾਰੀਆਂ 'ਤੇ ਲਾਠੀ ਚਾਰਜ 'ਤੇ ਵੀ ਵਿਰੋਧ ਜਤਾਇਆ। ਉਹਨਾਂ ਕਿਹਾ ਕਿ ਇਹ ਬਿਲਕੁਲ ਉਸੇ ਤਰ੍ਹਾਂ ਕੀਤਾ ਗਿਆ ਜਿਸ ਤਰ੍ਹਾਂ ਜਨਰਲ ਡਾਇਰ ਨੇ ਜਲ੍ਹਿਆਂਵਾਲੇ ਬਾਗ ਵਿੱਚ ਬੇਕਸੂਰ ਲੋਕਾਂ ਨਾਲ ਕੀਤਾ ਸੀ। ਇਸ ਮੌਕੇ ਸੰਬੋਧਨ ਕਰਦਿਆਂ ਵਪਾਰੀਆਂ ਨੇ ਕਿਹਾ ਕਿ ਕੇਂਦਰ ਸਰਕਾਰ ਅਤੇ ਕੱਪੜਾ ਵਪਾਰੀਆਂ ਦੀ ਲੜਾਈ ਮਹਾਂਭਾਰਤ ਦਾ ਰੂਪ ਧਾਰਨ ਕਰ ਚੁੱਕੀ ਹੈ ਅਤੇ ਦੋਵਾਂ ਧਿਰਾਂ 'ਚੋਂ ਕੋਈ ਵੀ ਝੁਕਣ ਲਈ ਤਿਆਰ ਨਹੀਂ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ GST ਲਾਉਣ ਲਈ ਵਜ਼ਿਦ ਹੈ ਅਤੇ ਵਪਾਰੀ ਇਸ ਦਾ ਸਖ਼ਤ ਵਿਰੋਧ ਕਰ ਰਹੇ ਹਨ। ਦੋਵਾਂ ਧਿਰਾਂ ਦੀ ਹੀ ਲੜਾਈ 'ਚ ਕੱਪੜਾ ਕਾਰੋਬਾਰ ਨਾਲ ਸੰਬੰਧਿਤ ਲੇਬਰ ਦਾ ਕੰਮ ਕਰਨ ਵਾਲੇ ਸਭ ਤੋਂ ਵੱਧ ਪਿਸ ਰਹੇ ਹਨ। ਉਹਨਾਂ ਕਿਹਾ ਕਿ ਕੱਪੜਾ ਕਾਰੋਬਾਰ 'ਚ ਪੈਕਿੰਗ ਕਰਨ ਵਾਲੇ, ਗੰਢਾ ਬੰਨਣ ਵਾਲੇ, ਮਾਲ ਢੋਣ, ਟਰਾਂਸਪੋਰਟ ਦੀ ਲੇਬਰ, ਮਾਲ ਚੁੱਕਣ ਵਾਲੇ, ਮਾਲ ਛੁਡਵਾਉਣ ਅਤੇ ਮਾਲ ਦੁਕਾਨਾਂ ਤੱਕ ਪਹੁੰਚਾਉਣ ਵਾਲੇ ਆਦਿ ਮਜ਼ਦੂਰਾਂ ਨੂੰ ਕਾਰੋਬਾਰ ਬੰਦ ਹੋਣ ਕਾਰਨ ਇੱਕ ਵਕਤੀ ਰੋਟੀ ਦੇ ਵੀ ਲਾਲੇ ਪਏ ਹੋਏ ਹਨ। ਉਹਨਾਂ ਸੂਰਤ ਵਿੱਚ ਵਪਾਰੀਆਂ ਉੱਤੇ ਕੀਤੇ ਲਾਠੀਚਾਰਜ ਦੀ ਤੁਲਨਾ ਜਨਰਲ ਡਾਇਰ ਦੇ ਰਵੱਈਏ ਨਾਲ ਕਰਦਿਆਂ ਦੁੱਖ ਜ਼ਾਹਰ ਕੀਤਾ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੂੰ GST ਦੇ ਮਾਮਲੇ 'ਤੇ ਮੁੜ ਵਿਚਾਰ ਕਰਕੇ ਕੱਪੜਾ ਵਪਾਰੀਆਂ ਨੂੰ ਰਾਹਤ ਪ੍ਰਦਾਨ ਕਰਨੀ ਚਾਹੀਦੀ ਹੈ ਤਾਂ ਜੋ ਕੱਪੜੇ ਦਾ ਬੰਦ ਪਿਆ ਕਾਰੋਬਾਰ ਫਿਰ ਤੋਂ ਚੱਲ ਸਕੇ। ਅੱਜ GST ਦੇ ਖਿਲਾਫ ਪੂਰਾ ਰੋਸ ਮੁਜ਼ਾਹਰਾ ਹੋਇਆ ਅੰਮ੍ਰਿਤਸਰ 'ਚ। ਅੰਮ੍ਰਿਤਸਰ ਕੀ ਸਮੁੱਚਾ ਪੰਜਾਬ ਔਰ ਸਮੁੱਚਾ ਭਾਰਤ ਵਿੱਚ ਵਪਾਰੀਆਂ ਨੇ ਕੱਪੜਾ ਵਪਾਰੀਆਂ ਨੂੰ ਦੁਕਾਨਾਂ ਬੰਦ ਰੱਖੀਆਂ, ਕਿਉਂਕਿ ਜੋ ਸੂਰਤ ਵਿੱਚ ਸਰਕਾਰ ਨੇ ਕੀਤਾ ਲਾਠੀ ਚਾਰਜ, ਅਸੀਂ ਇਹਨੂੰ ਜੋੜ ਸਕਦੇ ਹਾਂ ਜਿਹੜਾ ਜਨਰਲ ਡਾਇਰ ਨੇ ਜਲ੍ਹਿਆਂਵਾਲੇ ਬਾਗ ਦੇ ਅੰਦਰ ਨਿਹੱਥੇ ਲੋਕਾਂ ਉੱਤੇ ਗੋਲੀਆਂ ਬਰਸਾਈਆਂ ਸੀ। ਉਸੇ ਤਰ੍ਹਾਂ ਹੀ ਸਰਕਾਰ ਨੇ ਜਿਹੜੇ ਵਪਾਰੀ ਸ਼ਾਂਤੀਮਈ ਢੰਗ ਨਾਲ ਆਪਣਾ ਰੋਸ ਕਰ ਰਹੇ ਸੀ ਉਹਨਾਂ 'ਤੇ ਲਾਠੀਆਂ ਬਰਸਾਈਆਂ। ਬਹੁਤ ਦੁੱਖਦਾਇਕ ਔਰ ਨਿੰਦਕ ਘਟਨਾ ਇਹ। ਅੱਜ ਸਰਕਾਰ ਨੇ ਇੱਕ ਚੀਜ਼ ਸ਼ੁਰੂਆਤ ਕਰ ਦਿੱਤੀ ਹੈ GST ਨੂੰ ਵਾਪਸ ਲੈਣ ਵਾਸਤੇ, ਕਿਉਂਕਿ ਇੱਥੋਂ ਹੀ ਸਟਾਰਟ ਹੋਇਆ ਸਾਡਾ GST ਵਾਪਸ ਹੋਏਗਾ। ਜਦੋਂ ਕੋਈ ਵੀ ਸਰਕਾਰ ਬੋਂਦਲਦੀ ਹੈ ਉਦੋਂ ਇਹੋ ਜਿਹਾ ਕੰਮ ਕਰਦੀ ਹੈ। ਕੱਲ ਜਿਹੜੀ ਇਹ ਟੇਬਲ 'ਤੇ ਬਹਿ ਕੇ ਇਹਦਾ ਸਮਾਧਾਨ ਨਿਕਲੇਗਾ, ਜੇ ਉਹ ਸਮਝਣਗੇ ਕਿ ਵਪਾਰੀ ਨੂੰ ਅਸੀਂ ਡਰਾ ਧਮਕਾ ਕੇ ਇਹਨਾਂ ਦੇ ਉੱਤੇ ਪ੍ਰੈਸ਼ਰ ਪਾ ਕੇ GST ਇੰਪਲੀਮੈਂਟ ਕਰਾ ਲਾਂਗੇ, ਅਤੇ ਅਸੀਂ ਠੋਕ ਕੇ ਕਹਿੰਦੇ ਹਾਂ ਕਿ ਤੁਸੀਂ ਸੈਂਟਰ ਵਾਲਿਓ ਜਿੰਨਾ ਜ਼ੋਰ ਲਾਉਣਾ, ਜਿੰਨਾ ਧੱਕਾ ਕਰਨਾ ਕਰ ਲਓ, ਅਸੀਂ ਸਹਿਣ ਨੂੰ ਤਿਆਰ ਹਾਂ। ਅਸੀਂ ਉਹ ਮੁਲਕ ਦੇ ਉਸ ਦੇਸ਼ ਭਗਤਾਂ ਦੇ ਮੁਲਕ ਦੇ ਵਾਸੀ ਹਾਂ ਜਿੱਥੋਂ ਅੰਗਰੇਜ਼ਾਂ ਨੂੰ ਵੀ ਭਜਾਉਣਾ ਪਿਆ ਸੀਗਾ। ਅੰਮ੍ਰਿਤਸਰ ਤੋਂ ਗੁਰਪ੍ਰੀਤ ਸਿੰਘ ਦੇ ਨਾਲ ਬਿਊਰੋ ਰਿਪੋਰਟ, KTV।